इन्हीं को सरदार बनाऊं किताब इहदा नां जिहड़ा है यह गुरु की अपनी सिद्धांतक फिलोसफी जिहड़ी उहदे चों निकलिया कि मैं इन्हां लोकां नूं सरदार बनाऊंगा जिन्हां नूं अज तक मनुख भी मन्निया नहीं गया जी। उहदे विचों मैं यह शब्द लिया। हुण आम लोकां नूं नहीं पता कि इहदा अर्थ बिल्कुल 100% सही साबित होया। आम लोकां नूं नहीं पता, ईवन जिहड़े बहुते बहुगिणती सिख है साडे उहनां नूं भी जां उह समझणा नहीं चाहुंदे जां उहनां नूं पता नहीं है। मैं अपने समाज नूं खास करके सिख समाज नूं यह दसण दा यतन कीता है कि जिहड़े लोकां नूं इस देश दे विच जानवरां तों वध कुछ नहीं समझिया गया जिहदे मनुसिमति जिहदे बारे इह लिखदी है कि भी जिहड़ा शूद्र हुंदा है कुत्ते दे बराबर हुंदा है। मनुसिमति दा इक शब्द है जिहदे च इह लिखिया गया तां ऐसे लोक जिहड़े जानवर दे बराबर रखे गए। एक लहर जिहड़ी बुद्धा तों बाद चली जी, तो सिख लहर उहदे विच कहा गया कि इनको सरदार बनाऊंगा मैं। एक संकल्प आए जी, इस संकल्प का नतीजा की निकलिया कि 1708 दे विच गुरु गोबिंद सिंह दी मौत हो जाती है, उन्हों का अकाल चलाना हो जाता है जी। उस तो बाद बंदा सिंह बहादुर जिहड़े आ उह कमान संभाल लिया। बंदा सिंह बहादुर दलित पछड़े लोगों चो जी, उस तो बाद बाबा वीर सिंह सरहंद दे गवर्नर बनते हैं, वह मजहबी सिख। उस तो बाद जसा सिंह रामगढ़िया मेरठ तो लेके बटाले तक, बटाले तो बीकानेर तक जिन्हों का राज स्थापित होया वह जसा सिंह रामगढ़िया। उस तो बाद जसा सिंह आहलूवालिया जिन्हों का लाहौर तो लेके कपूरथले तक इस एरिए राज स्थापित होया। उस तो बाद महाराजा रणजीत सिंह जिहदा राज लाहौर तो अफगानिस्तान तक ते सतलुज दे किनारे तक स्थापित होया। यह पंजे दे पंजे दलित आदमी है, पछड़े आदमी है जी। मेरा ख्याल अज तक तुसीं इहदे बारे कदे ज्यादा ध्यान नहीं दिता, क्योंकि ध्यान नहीं दिता गया। इस करके मैनूं इह लिखना पिया कि यह आदमी जिहड़े सिख लहर दे विचों पंज राजे स्थापित होए और कोई राजा स्थापित नहीं होया पंजां चों, ਇਹ ਪੰਜੇ ਦੇ ਪੰਜੇ ਦਲਿਤ ਪਛੜੇ ਆਦਮੀ ਹੈ। ਔਰ ਉਹਨਾਂ ਦੇ ਨਾਲ ਮੈਂ ਦੋ ਆਦਮੀਆਂ ਦੀ ਤਸਵੀਰ ਦਿੱਤੀ ਹੈ ਇੱਥੇ। ਇਹ ਪ੍ਰੋਫੈਸਰ ਦਿੱਤ ਸਿੰਘ ਹੈ, ਗਿਆਨੀ ਦਿੱਤ ਸਿੰਘ ਜਿਹਨਾਂ ਨੂੰ ਕਹਿੰਦੇ ਆ, ਔਰ ਇਹ ਦੂਸਰੇ ਜਿਹੜੇ ਆ ਇਹ ਪ੍ਰੋਫੈਸਰ ਗੁਰਮੁਖ ਸਿੰਘ ਹੈ। ਇਹ ਦੋ ਇੱਕ ਤਰ੍ਹਾਂ ਦੇ ਸਕੇ ਭਰਾਵਾਂ ਵਾਂਗ ਜੀ। ਇਹਨਾਂ ਦੋ ਬੰਦਿਆਂ ਨੇ ਕੀ ਕੀਤਾ ਹੈ ਕਿ ਇਹਨਾਂ ਦੀ ਉਮਰ ਦੇ ਵਿੱਚ ਕੁੱਲ ਗਿਣਤੀ ਸਿੱਖਾਂ ਦੀ 20 ਲੱਖ ਰਹਿ ਗਈ ਸੀ ਜੀ। ਇਹਨਾਂ ਦੋਹਾਂ ਦੇ ਸੰਘਰਸ਼ ਤੋਂ ਬਾਅਦ ਨਤੀਜਾ ਕੀ ਨਿਕਲਿਆ ਕਿ ਇਹਨਾਂ ਦੀ ਗਿਣਤੀ 80 ਲੱਖ ਤੋਂ ਉੱਪਰ ਟੱਪ ਗਈ, 80 ਲੱਖ ਤੋਂ ਉੱਪਰ ਟੱਪ ਗਈ। ਪਰ ਇਹਨਾਂ ਦਾ ਦੁਖਾਂਤ ਕੀ ਹੈ ਕਿ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਰੋਲ ਕੇ ਮਾਰ ਦਿੱਤਾ ਗਿਆ, ਉਹਦਾ ਰਿਕਾਰਡ ਦਿੱਤਾ ਮੈਂ ਸਾਰਾ, ਉਹਦੇ ਤੇ ਮੁਕੱਦਮੇ ਦਰਜ ਕਰਾਏ ਸਿੱਖਾਂ ਵੱਲੋਂ। ਔਰ ਗਿਆਨੀ ਦਿੱਤ ਸਿੰਘ ਆ ਜਿਹੜੇ ਇਹ ਅਛੂਤ ਜਾਤੀ ਚ ਪੈਦਾ ਹੋਏ, ਇਹਨਾਂ ਦੀ ਇਹ ਹਾਲਤ ਹੋਈ ਕਿ ਇਹਨਾਂ ਨੂੰ ਗੁਰਦੁਆਰੇ ਚ ਦੇਗ ਨਹੀਂ ਸੀ ਕੋਈ ਦਿੰਦਾ, ਇਹਨਾਂ ਦੀ ਇਹ ਹਾਲਤ ਸੀ ਕਿ ਇਹਨਾਂ ਨੂੰ ਲੰਗਰ ਚ ਬੈਠ ਕੇ ਕੋਈ ਰੋਟੀ ਨਹੀਂ ਸੀ ਦਿੱਤਾ। ਜਿਸ ਬੰਦੇ ਨੇ 20 ਲੱਖ ਤੋਂ 80 ਲੱਖ ਤੋਂ ਉੱਪਰ ਸਿੱਖ ਬਣਾਏ ਉਹਨਾਂ ਲੋਕਾਂ ਦੀ ਇਹ ਹਾਲਤ ਰਹੀ ਕਿ ਜਿਸ ਦਿਨ ਗਿਆਨੀ ਦਿੱਤ ਸਿੰਘ ਮਰੇ ਤਾਂ 3 ਦਿਨ ਲਾਸ਼ ਇਹਨਾਂ ਦੀ ਸੜਕ ਦੇ ਉੱਤੇ ਰੁਲਦੀ ਰਹੀ, ਕਿਸੇ ਨਹੀਂ ਪੁੱਛਿਆ। ਅਸਲ ਵਿੱਚ ਮੈਂ ਕਹਾਣੀ ਇਹਦੇ ਚ ਬਹੁਤ ਵੱਡੀ ਕਹੀ ਹੈ। ਇੱਕ ਤਰਫ ਉਹਨਾਂ ਲੋਕਾਂ ਦੀ ਕਹਾਣੀ ਕਹੀ ਜਿਨ੍ਹਾਂ ਨੇ ਦੇਸ਼ ਦਾ ਢਾਂਚਾ ਬਦਲਿਆ ਤੇ ਦੂਸਰੀ ਤਰਫ ਉਹਨਾਂ ਲੋਕਾਂ ਦੀ ਕਹਾਣੀ ਕਹੀ ਆ ਨਾਲ ਹੀ ਉਹਨਾਂ ਦੀ ਹੋਈ ਕਿ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨਹੀਂ ਪੁੱਛਿਆ ਉਹਨਾਂ ਲੋਕਾਂ ਦੀ ਕਹਾਣੀ ਹੈ। ਅਸੀਂ ਉਹਨਾਂ ਦੇ ਬੱਚੇ ਹੈ, ਸਾਡੇ ਅੰਦਰ ਸੀਨੇ 'ਚ ਦਰਦ ਹੈ ਇੱਕ ਜਿਹੜਾ ਦਰਦ ਜਾਂਦਾ ਨਹੀਂ ਹੈ, ਨਾ ਸੁੱਤਿਆਂ ਜਾਂਦਾ ਨਾ ਜਾਗਦਿਆਂ ਜਾਂਦਾ। ਇਹ ਕਿਤਾਬ ਕੋਈ ਮਾਮੂਲੀ ਕਿਤਾਬ ਨਹੀਂ ਹੈ, ਇਹ ਭਾਰਤ ਦੀ ਹਿਸਟਰੀ ਦੀ ਕਿਤਾਬ ਹੈ, ਅਥੈਂਟੀਕੇਟਡ ਹਿਸਟਰੀ ਹੈ ਜਿਹੜੀ ਸਾਡੇ ਵੱਡੇ ਵੱਡੇ ਵਿਦਵਾਨਾਂ ਨੇ ਲਿਖੀ, ਜਿਨ੍ਹਾਂ ਨੂੰ ਮੈਂ ਪੜ੍ਹਿਆ, ਪੜ੍ਹਨ ਤੋਂ ਬਾਅਦ ਸਮਝਿਆ, ਸਮਝਣ ਤੋਂ ਬਾਅਦ ਉਹਨੂੰ ਦਿਸ਼ਾ ਦੇ ਵਿੱਚ ਇੱਕ 'ਚ ਲਿਖਿਆ। ਇਹ ਕਿਤਾਬ ਇਨ੍ਹੀਂ ਕੋ ਸਰਦਾਰ ਬਣਾਉਣ ਸੱਚ ਸਾਬਤ ਕਰਦੀ ਹੈ ਕਿ ਗੁਰੂ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਇਹ ਲੋਕ ਸਰਦਾਰ ਬਣ ਜਾਣ ਅਤੇ ਅਸੀਂ ਇੱਕ ਦਿਨ ਰਾਜੇ ਬਣੇ। ਰਾਜੇ ਬਣਨ ਤੋਂ ਬਾਅਦ ਵੀ ਅਸੀਂ ਉੱਥੇ ਦੀ ਉੱਥੇ ਹੀ ਰਹਿ ਗਏ। ਇਹ ਇੱਕ ਨਵਾਂ ਕਾਂਡ ਸ਼ੁਰੂ ਹੋ ਗਿਆ।